ਇਹਦੀ ਹੈਗਾ 1,30,000 1,30,000 ਰੁਪਇਆ ਵਰਨਾ ਗੱਡੀ ਦੋ ਇਹਦੀ ਹੈਗੀ 40,000 40,000 ਅਤੇ ਇਹਦੀ ਜੇ ਮੈਂ ਪਾਸ ਵਾਲੀ ਇਹਦੀ 1,20,000 ਜੀ 1,20,000 2009 ਮਾਡਲ ਨੰਬਰ ਲਵਾ ਕੇ ਜੀ ਰਿਟਰਨ ਦੇ ਵਿੱਚ ਪਰੂਫ ਮਿਲੂਗਾ 6 ਮਹੀਨਿਆਂ ਦਾ ਗਰੰਟੀ 6 ਮਹੀਨੇ ਦੀ ਗਰੰਟੀ ਗੇਅਰ ਦੀ ਇੰਜਣ ਦੀ ਸਤਿ ਸ਼੍ਰੀ ਅਕਾਲ ਦੋਸਤੋ PV13 ਪ੍ਰੋਡਕਸ਼ਨ ਚੈਨਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸੋ ਸਪੈਸ਼ਲ ਡਿਮਾਂਡ 'ਤੇ ਜੀ ਫੌਜੀ ਕਾਰ ਬਾਜ਼ਾਰ ਸ਼ਹਿਰ ਲੌਂਗੋਵਾਲ ਦੇ ਵਿੱਚ ਆਪਾਂ ਆ ਗਏ ਹਾਂ ਸੋ ਬਾਈ ਨਾਲ ਕਰਦੇ ਹਾਂ ਗੱਲਬਾਤ ਠੀਕ ਹੈ ਜੀ ਓਨਰ ਫੌਜੀ ਸਾਹਿਬ ਹਲੇ ਵੀ ਨਹੀਂ ਹੈਗੇ ਨਹੀਂ ਆਪਾਂ ਨੂੰ ਰਿਕੁਐਸਟ ਕੀਤੀ ਸੀ ਕਿ ਬਾਈ ਆ ਜਾਓ ਵੀਡੀਓ ਬਣਾ ਦਿਓ ਸੋ ਫੌਜੀ ਸਾਹਿਬ ਵੀਡੀਓ ਜ਼ਰੂਰ ਦੇਖ ਰਹੇ ਕਮੈਂਟ ਜ਼ਰੂਰ ਕਰ ਦਿਓ ਜੀ ਸੋ ਵੀਰ ਨਾਲ ਕਰਦੇ ਹਾਂ ਗੱਲਬਾਤ ਇੱਕ ਵਾਰੀ ਵੀਰੇ ਆਪਣਾ ਸ਼ੋਪ ਦਾ ਐਡਰੈਸ ਅਤੇ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਵੀਰ ਜੀ ਸ਼ੋਪ ਦਾ ਨਾਮ ਹੈਗਾ ਫੌਜੀ ਅਨਾਜ ਫੌਜੀ ਕਾਰ ਬਾਜ਼ਾਰ ਅਨਾਜ ਮੰਡੀ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਬਸ ਅਨਾਜ ਮੰਡੀ ਜੀ ਲੌਂਗੋਵਾਲ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਜ਼ਰੂਰ ਬੋਲ ਦਿਓ ਜੀ 8,476,85,970 ਸੋ ਇਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਸਕਰੀਨ 'ਤੇ ਵੀ ਦਿਖ ਰਿਹਾ ਹੋਊਗਾ ਜੀ ਜਿਹੜੀ ਜਿਹੜੀ ਗੱਡੀ ਜਿਵੇਂ ਜਿਵੇਂ ਪਸੰਦ ਆ ਰਹੀ ਹੈ ਸਕਰੀਨਸ਼ੋਟ ਕਰਕੇ ਕੰਟੈਕਟ ਕਰ ਲਿਓ ਬਾਕੀ ਓਵਰਆਲ ਡਿਟੇਲ ਤੁਹਾਨੂੰ ਕੰਟੈਕਟ ਨੰਬਰ ਤੋਂ ਪਤਾ ਲੱਗ ਜਾਣਾ ਜੀ ਸੋ ਸਭ ਤੋਂ ਪਹਿਲੀ ਗੱਡੀ ਦਿਖਾਉਂਗੇ ਤੁਹਾਨੂੰ ਵਰਨਾ ਗੱਡੀ ਜੀ ਵਰਨਾ ਜੀ ਸੋ ਇਹਦੀ ਡਿਟੇਲ ਦੱਸ ਉਹਦੀ ਕੰਪਲੀਟ ਇਹ ਵਰਨਾ ਹੈਗੀ ਜੀ 8 ਮਾਡਲ ਫਸਟ ਓਪਨਰ ਆਈ 76,000 ਟੋਟਲ ਚੱਲੀ ਹੋਈ ਹੈ 76,000 ਚੱਲੀ ਹੋਈ 2008 ਮਾਡਲ ਫਸਟ ਓਨਰ ਆਈ ਹਾਂਜੀ ਫਸਟ ਠੀਕ ਹੈ ਜੀ ਅਤੇ ਡੀਜ਼ਲ ਦੀ ਗੱਡੀ ਜੀ ਆਪਣੀ ਡੀਜ਼ਲ ਦੀ ਡੀਜ਼ਲ ਦਾ ਵੇਰੀਐਂਟ ਇੱਕ ਨੰਬਰ ਦੱਸ ਉਹਦੀ ਕਿੱਥੋਂ ਦਾ ਦਾ ਇਹਦਾ HR ਜੀ HR ਨੰਬਰ 06 ਸੋ ਡੀਲ ਇੱਕ ਇਹ ਜੀ ਦੱਸ ਦਿਓ ਜੀ ਕਿ 2008 ਮਾਡਲ ਵਰਨਾ ਲੁੱਕ ਦੇਖ ਕੇ ਖੁਸ਼ ਹਨ ਕਿਉਂਕਿ ਪਹਿਲੀ ਗੱਡੀ ਆਪਣੀ ਵੀਡੀਓ ਦੇ ਵਿੱਚ ਕੀ ਦੱਸੋਗੇ ਡੀਲ ਜੀ ਰੇਟ ਪ੍ਰਾਈਸ ਇਹਦਾ ਜੀ ਹੈਗਾ 1,30,000 1,30,000 ਰੁਪਇਆ ਵਰਨਾ ਗੱਡੀ 2008 ਮਾਡਲ ਆ ਅਤੇ ਇਹ ਪ੍ਰਾਈਸ ਵਿਦ ਨੰਬਰ ਜਾਂ ਵਿਦ NOC ਵਿਦ NOC ਦੇ ਨਾਲ ਨੰਬਰ ਨੇ ਜੀ ਕਿਉਂਕਿ ਅਦਰ ਸਟੇਟ ਗੱਡੀਆਂ ਦੇ ਆਪਣੇ ਕੋਲ ਜ਼ਿਆਦਾ ਨੇ ਤਾਂ ਕਰਕੇ ਮੈਂ ਜਿਹੜੀ ਵਿਦ ਨੰਬਰ ਵੀ ਹੋਣਗੀਆਂ ਉਹ ਵੀ ਦੱਸਾਂਗੇ ਵਿਦ NOC ਹੋਣਗੇ ਉਹ ਵੀ ਦੱਸਾਂਗੇ ਇਸ ਤੋਂ ਬਾਅਦ ਆ ਗਏ ਆਪਣੇ ਕੋਲ ਜੀ ਮਾਰੂਤੀ 800 ਜਿਹਦਾ ਨਾਮ ਹੈ ਜੀ ਵੱਖਰੀ ਗੱਡੀ ਦਾ ਮਾਰਕੀਟ ਦੇ ਵਿੱਚ ਸੋ ਇਹ HR ਨੰਬਰ ਦੱਸ ਦਿਓ ਜੀ ਬਾਰੇ ਇਹ ਮਾਰੂਤੀ ਹੈਗੀ ਜੀ 4 ਮਾਡਲ ਆ ਜੀ ਇਹ ਮਾਨਸਾ ਦੀ ਇਹਦੀ NOC ਕੱਢੀ ਹੋਈ ਹੈ ਰਜਿਸਟ੍ਰੇਸ਼ਨ ਵੀ ਇਹਦੀ ਮਾਨਸਾ ਦੀ ਹੈਗੀ ਠੀਕ ਹੈ ਜੀ ਇਹਦਾ ਹੈ ਓਨਰ ਕਿੰਨੀ ਜੀ ਇਹ ਓਨਰ ਇਹ ਫਾਸਟ ਓਨਰ ਆਈ ਅਤੇ ਕਿਲੋਮੀਟਰ ਕਿੰਨੀ ਚੱਲੀ ਹੋਈ ਜੀ ਇਹ ਚੱਲੀ ਹੋਈ ਆ ਟੋਟਲ 45,000 ਜੀ ਡਾਕਟਰ ਦੇ ਨਾਮ ਹੈ 45,000 ਚੱਲੀ ਹੋਈ ਮਾਨਸਾ ਏਰੀਏ ਦੀ ਉਹਦੀ NOC ਕੱਟੀ ਹੋਈ ਹੈ ਹਾਂਜੀ ਸੋ ਡੀਲ ਦੱਸ ਦੀ ਮਰੂਤੀ ਦੀ ਕੀ ਹੋਣ ਵਾਲੀ ਹੈ ਇਹਦੀ ਹੈਗੀ 40,000 40,000 ਅਤੇ ਇਹਦੀ ਜੇ ਮੈਂ ਪਾਸਿੰਗ ਤਾਂ ਹੋਣੀ ਨਹੀਂ ਕਰਵਾ ਕੇ ਦੇ ਸਕਦੇ ਹੋ ਕਿ ਜੇ ਆਪਣਾ ਕੋਈ ਕਸਟਮਰ ਆਉਂਦਾ ਹੈਗਾ ਹਾਂਜੀ ਉਹ ਜ਼ਰੂਰ ਕਰਵਾ ਦਾਂਗੇ ਉਹਦੇ ਕੋਈ ਜ਼ਿਆਦਾ ਚਾਰਜ ਨਹੀਂ ਲੱਗਦੇ 2,000-3,000 ਰੁਪਇਆ ਆਉਂਦਾ ਹੋਊਗਾ ਜ਼ਿਆਦਾ ਤਾਂ ਨਹੀਂ ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਹੁੰਡਾਈ ਦੀ i20 ਗੱਡੀ ਸੋ ਇਹਦੇ ਬਾਰੇ ਵੀ ਦੱਸ ਦਿਓ ਜੀ ਇਹ 12 ਮਾਡਲ ਆ ਜੀ ਫਸਟ ਓਪਨਰ ਆ ਇਹ ਪੁਸ਼ ਬਟਨ ਤੋਂ ਸਟਾਰਟ ਹੈ ਠੀਕ ਹੈ ਜੀ ਇਹਦੀ NOC ਸੰਗਰੂਰ ਦੀ ਗੱਡੀ ਹੋਈ ਆ ਕਿਲੋਮੀਟਰ ਕਿੰਨੀ ਚੱਲੀ ਹੋਈ ਹੈ ਇਹ ਚੱਲੀ ਹੋਈ 85,000 ਡੀਜ਼ਲ ਦੀ ਗੱਡੀ ਹੈ ਜੀ ਡੀਜ਼ਲ ਦੀ ਜੀ ਡੀਜ਼ਲ ਦੀ ਗੱਡੀ ਆ ਦੋਸਤੋ 12 ਮਾਡਲ ਜੀ ਹਾਂਜੀ ਸੋ ਡੀਲ ਦੱਸ ਦੀ ਕੀ ਹੋਣ ਵਾਲੀ ਹੈ ਜੀ ਇਹਦੀ 2,85,000 ਦੀ ਜੀ 2,85,000 2012 ਮਾਡਲ ਵਿਦ NOC ਵਿਦ NOC ਦੇ ਨਾਲ ਰੇਟ ਹਾਂਜੀ ਸੋ ਸਾਰੀ ਗੱਡੀ ਜਨਰਲ ਸਾਰੀ ਗੱਡੀ ਓਕੇ ਹਾਂਜੀ ਕੱਲੇ ਬੰਪਰ ਪੇਂਟ ਨਹੀਂ ਗੱਡੀ ਦਾ ਬਾਕੀ ਸਾਰੀ ਗੱਡੀ ਓਰੀਜਨਲ ਹੈ ਹਾਂਜੀ ਸੋ ਇਸ ਤੋਂ ਬਾਅਦ ਆਪਣੇ ਕੋਲ ਜੀ ਅਲਟੋ LXi ਦਿੱਲੀ ਨੰਬਰ ਜੀ ਸੋ ਇਹਦੇ ਬਾਰੇ ਦੱਸ ਦਿਓ ਜੀ ਇਹ 9 ਮਾਡਲ ਗੱਡੀ ਹੈ ਜੀ ਫਸਟ ਓਪਨਰ ਆ ਇਹ ਚੱਲੀ ਹੋਈ ਹੈ ਸਾਰੀ 55,000 ਦੇ ਕਰੀਬ 55,000 ਚੱਲੀ ਹੋਈ ਆ 2009 ਹਾਂਜੀ 9 ਮਾਡਲ ਹੈ 9 ਮਾਡਲ ਅਲਟੋ LXi ਅਤੇ ਓਵਰਆਲ ਕੰਡੀਸ਼ਨ ਕਿਸੇ ਕੋਈ ਐਕਸੀਡੈਂਟ ਕੁਛ ਜੀ ਨਹੀਂ ਜੀ ਕਿਸੇ ਦਾ ਕੋਈ ਟਚਿੰਗ ਹੈਗੀ ਆ ਜ਼ਰੂਰ ਹਲਕੀ ਫੁਲਕੀ ਟਚਿੰਗ ਤਾਂ ਚਲੋ ਉਨੀ ਕੁ ਤਾਂ ਵੈਸੀ ਵੀ ਹੋ ਜਾਂਦੀ ਹੈ ਹਾਂਜੀ ਹਾਂਜੀ ਸੋ ਇਹਦੀ ਡੀਲ ਦੱਸ ਦਿਓ ਅਲਟੋ LXi ਦੀ ਕੀ ਹੋਣ ਵਾਲੀ ਹੈ ਇਹਦੀ 1,20,000 ਜੀ 1,20,000 2009 ਮਾਡਲ ਨੰਬਰ ਲਵਾ ਕੇ ਜੀ ਆਹ ਬਣੀ ਨਾ ਜੀ ਸਵਾਦ ਵਾਲੀ ਗੱਲ ਆ ਗਈ ਕਹਿੰਦੇ 1,20,000 ਚ ਨੰਬਰ ਲਵਾ ਕੇ ਮਤਲਬ ਨੰਬਰ ਦੀ ਸਰਦਰਦੀ ਵੀ ਬਾਕੀ ਕਈ ਵਾਰ ਆਪਣੇ ਜਿੰਨੇ ਵੀ ਕਸਟਮਰ ਹੁੰਦੇ ਨੇ ਉਹ ਕਹਿੰਦੇ ਨੇ ਵੀ ਭਾਈ ਨੰਬਰ ਦਾ ਤੁਸੀਂ ਕਰ ਲਿਓ ਉਹ ਆਪਣੇ ਇੱਥੇ ਹੋ ਜਾਂਦਾ ਹਾਂਜੀ ਆਪਣੇ ਇੱਥੇ ਹੋ ਜੂਗੇ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਆ ਗਏ ਜੀ ਵਰਨਾ ਫਲਿਊਡਿਕਾ ਅਲਾਏ ਵੀਲ ਪਏ ਹੋਏ ਨੇ ਗੱਡੀ ਦੇ ਸਿਲਵਰ ਕਲਰ ਹੈ ਜੀ ਸੋ ਦੱਸ ਦੀ ਡਿਟੇਲ ਕੀ ਹੋਣ ਵਾਲੀ ਹੈ ਇਹ ਜੀ 11 ਮਾਡਲ ਹੈ 1.6 CRD ਇੰਜਨ ਫਸਟ ਓਪਨਰ ਹੈ ਜੀ ਇਹਦੀ ਰਨਿੰਗ ਹੈਗੀ ਆ ਟੋਟਲ 85,000 ਠੀਕ ਹੈ ਜੀ ਹਾਂਜੀ ਅਤੇ ਕੰਡੀਸ਼ਨ ਦੱਸ ਦਿਓ ਓਵਰਆਲ ਕਿੱਦਾਂ ਦੀ ਹੈ ਓਵਰਆਲ ਇਹਦੇ ਬੰਪਰ ਜਾਂ ਹਲਕੀ ਫੁਲਕੀ ਗੋਲਿਆਂ ਦੀ ਟਚਿੰਗ ਹੈ ਬਾਕੀ ਓਵਰਆਲ ਓਰੀਜਨਲ ਜੀ ਠੀਕ ਹੈ ਜੀ ਕਿਤੇ ਕੋਈ ਲੱਗੀ ਬੱਜੇ ਐਕਸੀਡੈਂਟ ਕੋਈ ਪਾਰਟ ਚੇਂਜ ਇਹਦੀ ਗਾਰੰਟੀ ਹੋਊ ਜੀ ਆਪਣੀ ਠੀਕ ਹੈ ਜੀ ਸੋ ਦੱਸੋ ਡੀਲ ਕੀ ਹੋਣ ਵਾਲੀ ਹੈ ਇਹਦੀ ਡੀਲ ਇਹਦੀ ਹੋਣ ਵਾਲੀ ਹੈ 2,85 ਦੀ 2,85,000 ਵਿਦ NOC ਜੀ ਵਿਦ NOC 2,085 11 ਮਾਡਲ ਸੋ ਇੱਕ ਆਪਣੇ ਕੋਲ ਨੈਕਸਟ ਆ ਗਈ ਜੀ ਸਵਿਫਟ ਗੱਡੀ ਮਾਰੂਤੀ ਸੁਜ਼ੂਕੀ ਸਵਿਫਟ ਹਾਂਜੀ ਦਿੱਲੀ ਨੰਬਰ ਹਾਂਜੀ ਵਾਈਟ ਕਲਰ ਸੋ ਇਹਦੇ ਦੱਸੋ ਡਿਟੇਲ ਜੀ ਇਹ 10 ਮਾਡਲ ਆ ਜੀ ਇਹਦੀ ਹਲਕੀ ਫੁਲਕੀ ਹੈਗੀ ਆ ਟਚਿੰਗ ਜੀ ਇਹਦਾ ਰੇਟ ਹੈਗਾ ਜੀ 2,10,000 ਵਿਦ NOC 2,10,000 ਵਿਦ NOC 2010 ਮਾਡਲ ਸਵਿਫਟ ਗੱਡੀ ਡੀਜ਼ਲ ਦੀ ਗੱਡੀ ਹੈ ਨਾ ਜੀ ਹਾਂਜੀ ਡੀਜ਼ਲ ਦੀ ਗੱਡੀ ਆ ਓਵਰਆਲ ਕੰਡੀਸ਼ਨ ਬਾਈ ਨੇ ਦੱਸ ਦਿੱਤਾ ਕਿ ਬਾਈ ਟਚਿੰਗ ਹੈ ਨਾ ਹਲਕੀ ਹੈਗੀ ਆ ਟਚਿੰਗ ਹੈਗੀ ਹੈ ਇਸ ਤੋਂ ਬਾਅਦ ਇੱਕ ਹੋਰ ਆਪਣੇ ਕੋਲ ਆ ਗਈ ਜੀ ਵਰਨਾ ਫਲਿਊਡਿਕ ਦਿੱਲੀ ਨੰਬਰ ਇਹਦੇ ਬਾਰੇ ਦੱਸ ਦਿਓ ਜੀ ਇਹ 12 ਮਾਡਲ ਹੈ ਜੀ
ਅਤੇ ਇਹ ਵੀ ਆਲ ਓਵਰ ਵੀ ਓਰੀਜਨਲ ਵਾਂਗ ਹੀ ਆ, ਦੋ ਬੰਪਰ ਹੀ ਪੇਂਟ ਆ ਇਹਦੇ ਵੀ, ਗੋਲਿਆਂ ਦੀ ਟੱਚਿੰਗ ਹੈਗੀ ਆ। ਠੀਕ ਹੈ ਜੀ। ਇਹਦੀ ਉਹ ਕਿਲੋਮੀਟਰ ਕਿੰਨੀ ਚੱਲੀ ਹੋਈ ਗੱਡੀ ਹੈ? ਕਿਲੋਮੀਟਰ ਹੀ ਚੱਲੀ ਹੋਈ ਹੈ ਜੀ 85,000 ਦੇ ਕਰੀਬ। 85,000 ਓਨਰ ਜੀ ਇਹ ਕਿੰਨੀ ਹੈ? ਓਨਰ ਇਹ ਸੈਕਿੰਡ ਹੈ, ਸੈਕਿੰਡ ਓਨਰ ਗੱਡੀ 85,000 ਚੱਲੀ ਹੋਈ, 2012 ਮਾਡਲ ਵਰਨਾ ਫਲਿਊਡਿਕ ਆ। ਹਾਂਜੀ, ਡੀਜ਼ਲ ਦੀ ਗੱਡੀ ਹੈ, ਡੀਜ਼ਲ ਦੀ ਜੀ। ਸੋ ਦੱਸ ਡੀਲ ਕੀ ਹੋਣੀ ਇਹਦੀ? ਇਹਦੀ 3,35,000 ਜੀ। 3,35,000 ਰੁਪਇਆ ਗੱਡੀ ਦੀ ਹੈ ਵਿਦ ਵਿਦ ਐਨ ਓ ਸੀ। ਵਿਦ ਐਨ ਓ ਸੀ, ਮਤਲਬ ਆਪਣੇ ਜਿੰਨੇ ਪ੍ਰਾਈਜ਼ ਨੇ ਵਿਦ ਐਨ ਓ ਸੀ ਤਾਂ ਹੈਗੇ ਨੇ, ਵਿਦ ਐਨ ਓ ਸੀ। ਬਾਕੀ ਜੇ ਕੋਈ ਵਿਦ ਨੰਬਰ ਹੋਊਗਾ ਤਾਂ ਆਪਾਂ ਸਪੈਸ਼ਲ ਤੁਹਾਨੂੰ ਦੱਸ ਦਾਂਗੇ। ਹਾਂਜੀ ਹਾਂਜੀ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਵਿਫਟ। ਸਵਿਫਟ ਜੀ, ਇਸ ਗੱਡੀ ਦਾ ਡਿਮਾਂਡ ਆ ਸਵਿਫਟ ਦੀ ਤਾਂ ਹੱਦੋਂ ਵੱਧ। ਸੋ ਦੱਸ ਦੀ ਇਹਦੇ ਬਾਰੇ ਟ੍ਰੇਲ। ਇਹ 10 ਮਾਡਲ ਹੈ ਜੀ, ਫਸਟ ਓਪਨਰ ਹੈ ਇਹ, ਆਲ ਓਰੀਜਨਲ ਹੀ ਹੈ ਜੀ, ਬੰਪਰ ਟਿਊ ਇਕੱਲਾ ਇਕੱਲਾ। ਫਸਟ ਓਨਰ ਹੈ, ਫਸਟ ਓਨਰ। ਕਿਲੋਮੀਟਰ ਕਿੰਨੀ ਚੱਲੀ ਹੋਈ ਹੈ ਇਹ? ਇਹ ਚੱਲੀ ਹੋਈ ਹੈ 1,00,000 ਦੇ ਕਰੀਬ। 1,00,000 ਦੇ ਕਰੀਬ। ਪੈਟਰੋਲ ਕਿ ਡੀਜ਼ਲ ਹੈ? ਇਹ ਪੈਟਰੋਲ ਹੈ ਗੱਡੀ, ਇਹ ਪੈਟਰੋਲ ਵਿਦ ਐਨ ਓ ਸੀ। ਵਿਦ ਐਨ ਓ ਸੀ, ਡੀਲ ਦੱਸ ਦੀ ਕੀ ਹੋਣੀ ਹੈ ਵਿਦ ਐਨ ਓ ਸੀ ਦੇ ਨਾਲ? ਇਹਦੀ 2,00,000 ਹੋਣ ਵਾਲੀ ਹੈ ਜੀ। 2,00,000 ਰੁਪਏ ਦੇ ਵਿੱਚ 2,000 10 ਮਾਡਲ ਸਵਿਫਟ ਪੈਟਰੋਲ ਗੱਡੀ। ਪੈਟਰੋਲ ਜੀ। ਠੀਕ ਹੈ ਜੀ। ਹਾਂਜੀ। ਇਸ ਤੋਂ ਬਾਅਦ ਇੱਕ ਹੋਰ ਅਲਟੋ ਆ ਗਈ ਆਪਣੇ ਕੋਲ ਜੀ, ਇਹਦੇ ਬਾਰੇ ਦੱਸੋ ਜੀ। ਇਹ 10 ਮਾਡਲ ਆ ਜੀ ਅਲਟੋ, LXi ਹੈਗੀ। ਠੀਕ ਹੈ ਜੀ। ਤੇ ਓਨਰ ਫਾਸਟ ਆ ਇਹ। ਤੇ ਕਿਲੋਮੀਟਰ ਜੀ? ਇਹ ਕਿਲੋਮੀਟਰ ਚੱਲੀ ਹੋਈ ਆ 85 ਦੇ ਕਰੀਬ ਜੀ। 85,000 ਚੱਲੀ ਹੋਈ ਹੈ ਜੀ। ਸੋ ਡੀਲ ਦੱਸ ਦਿਓ ਇਹਦੀ ਕੀ ਹੋਣੀ ਅਲਟੋ ਦੀ ਆਪਣੀ? ਇਹਦੀ ਹੋਣ ਵਾਲੀ ਹੈ 1,45,000 ਜੀ। 1,45,000 ਰੁਪਇਆ ਵਿਦ ਐਨ ਓ ਸੀ ਦੇ ਨਾਲ। ਵਿਦ ਐਨ ਓ ਸੀ। ਸੋ ਇੱਕ ਅਲਟੋ ਹੋਰ ਆ ਗਈ ਆਪਣੇ ਕੋਲ, ਸਵਿਫਟ ਅਲਟੋ, ਹੱਦ ਵੱਧ ਮਾਰਕੀਟ, ਹੱਦ ਵੱਧ ਗੱਡੀਆਂ ਹੈਗੀਆਂ ਵੀ ਨੇ। ਹਾਂਜੀ। ਸੋ ਦੱਸ ਦਿਓ ਅਲਟੋ ਦਾ LXi ਦਾ? ਇਹ LXi ਹੈ 7 ਮਾਡਲ ਹੀ। ਠੀਕ ਹੈ ਜੀ। ਇਹ ਫਾਸਟ ਓਪਨਰ ਹੈ। ਕਿਲੋਮੀਟਰ ਕਿੰਨੀ ਚੱਲੀ ਹੋਈ? ਕਿਲੋਮੀਟਰ ਇਹ ਚੱਲੀ ਹੋਈ ਆ 90 ਦੇ ਕਰੀਬ। 90,000 ਚੱਲੀ ਹੋਈ ਆ ਫਾਸਟ ਓਨਰ 2007 ਮਾਡਲ ਜੀ। ਹਾਂਜੀ, 7 ਮਾਡਲ। ਤੇ ਇਹਦੀ ਪਾਸਿੰਗ ਜੀ? ਪਾਸਿੰਗ ਇਹਦੀ ਕਰਾ ਕੇ ਦੇਵਾਂਗੇ। ਕਰਾ ਕੇ ਦੇਵਾਂਗੇ। ਹਾਂਜੀ। ਸੋ ਇਹਦੀ ਦੱਸੋ ਡੀਲ ਕੀ ਹੋਣੀ ਜੀ? ਇਹਦਾ 1,05,000 ਜੀ। 1,05,000 ਰੁਪਇਆ 2007 ਮਾਡਲ ਮਾਡਲ, ਪਾਸਿੰਗ ਵੀ ਕਰਾ ਕੇ ਦੇਵਾਂਗੇ ਵਿਦ ਐਨ ਓ ਸੀ ਦੇ ਨਾਲ ਰੇਟ ਹੈਗਾ। ਸੋ ਇੱਕ ਹੋਰ ਆ ਗਈ ਜੀ ਆਪਣੇ ਕੋਲ, ਮਾਰੂਤੀ ਸੁਜ਼ੂਕੀ ਸਵਿਫਟ ਸੈਕਿੰਡ ਹੈਂਡ HR ਨੰਬਰ HR। ਦੱਸੋ ਜੀ ਇਹ ਜੀ 16 ਮਾਡਲ ਗੱਡੀ ਹੈ, ਪੈਟਰੋਲ ਦੀ ਹੈ। 16 ਮਾਡਲ ਪੈਟਰੋਲ ਦੀ ਗੱਡੀ? ਹਾਂਜੀ ਹਾਂਜੀ, ਪੈਟਰੋਲ ਦੀ ਵਿਦ ਐਨ ਓ ਸੀ ਆ। ਤੇ ਇਹਦੀ ਕੰਡੀਸ਼ਨ ਜੀ ਸਾਰੀ ਓਕੇ ਜੈਨੂਅਲ? ਇਹਦੇ ਇਕੱਲੇ ਢੋਲ ਢੋਲ ਪੇਂਟ ਆ ਜਾਂ ਬੰਪਰ, ਬਾਕੀ ਆਲ ਓਰੀਜਨਲ ਆ ਜੀ। ਬਾਕੀ ਆਲ ਓਰੀਜਨਲ? ਕੋਈ ਸ਼ੀਸ਼ਾ ਵਗੈਰਾ ਜੀ ਕਿਦਾਂ ਦਾ? ਨਹੀਂ ਜੀ ਕੋਈ ਸ਼ੀਸ਼ਾ, ਇਕੱਲਾ ਫਰੰਟ ਫਰੰਟ, ਇਕੱਲਾ ਫਰੰਟ ਫਰੰਟ ਚੀਜ਼ਾਂ, ਬਾਕੀ ਸਾਰੇ ਨਾਲ, ਬਾਕੀ ਨਾਲ ਦੇ ਸਾਰੇ। ਕਿਲੋਮੀਟਰ ਕਿੰਨੀ ਚੱਲੀ ਤੀ? ਕਿਲੋਮੀਟਰ ਇਹ ਚੱਲੀ ਹੋਈ ਹੈ 95 ਦੇ ਕਰੀਬ। 95,000 ਚੱਲੀ ਹੋਈ ਹੈ 2016 ਮਾਡਲ ਸਵਿਫਟ ਪੈਟਰੋਲ, ਪੈਟਰੋਲ। ਸੋ ਦੱਸ ਦਿਓ ਡੀਲ ਕੀ ਹੋਣੀ ਇਹਦੀ? ਇਹਦੀ ਲੱਖ ਹੋਣ ਵਾਲੀ ਹੈ 3,40,000 ਜੀ। 3,40,000 ਰੁਪਏ ਦੇ ਵਿੱਚ ਸਵਿਫਟ ਪੈਟਰੋਲ 2016 ਮਾਡਲ, 16 ਮਾਡਲ ਜੀ। ਠੀਕ ਹੈ ਜੀ। ਹਾਂਜੀ। ਸੋ ਗੱਡੀਆਂ ਦਾ ਦੋਸਤੋ ਤੁਸੀਂ ਦੇਖ ਲਿਆਉਣੀਆਂ, ਸੋ ਦੋਸਤੋ ਗੱਡੀਆਂ ਤੁਸੀਂ ਦੇਖ ਲਿਆਉਣੀਆਂ। ਇੱਕ ਸਰਪ੍ਰਾਈਜ਼ ਹੋਰ ਦੇਵਾਂ ਵੀਡੀਓ ਦੇ ਵਿੱਚ, ਫੌਜੀ ਕਾਰ ਬਾਜ਼ਾਰ ਲੌਂਗੋਵਾਲ ਵੱਲੋਂ ਰਿਟਰਨ ਦੇ ਵਿੱਚ ਪ੍ਰੂਫ ਮਿਲੂਗਾ 6 ਮਹੀਨਿਆਂ ਦਾ ਗਰੰਟੀ, 6 ਮਹੀਨੇ ਦੀ ਗਰੰਟੀ ਗੇਅਰ ਦੀ ਇੰਜਣ ਦੀ। ਕੋਈ ਨਹੀਂ ਦੇ ਰਿਹਾ? ਕੋਈ ਨਹੀਂ ਦੇ ਸਕਦਾ ਵੀਰੇ, ਸਿਰਫ ਤੁਸੀਂ ਦੇ ਰਹੇ ਹੋਗੇ। ਹਾਂਜੀ ਹਾਂਜੀ। ਇਹਦਾ ਕੋਈ ਰੀਜ਼ਨ ਖਾਸ ਗੱਲ ਹੈ ਕੋਈ? ਮਤਲਬ ਭਰੋਸਾ ਹੀ ਆ? ਭਰੋਸਾ ਜੀ ਪੂਰਾ, ਸਾਨੂੰ ਆਪਦੀਆਂ ਗੱਡੀਆਂ 'ਤੇ ਕੌਨਫੀਡੈਂਸ ਹੈਗਾ ਜੀ ਪੂਰਾ। ਬਾਕੀ ਕੁਛ ਵੀ ਹੋਊਗਾ ਆਪਾਂ ਰਿਟਰਨ 'ਚ ਬੈਠੇ ਹਾਂ ਜੀ, ਇੱਥੇ ਵੀਰੇ ਲਿਖ ਕੇ ਦੇਵਾਂਗੇ। ਠੀਕ ਹੈ, ਆਪ ਵਾਪਸ ਉਹਨੇ ਜੀ ਕਰਾਂਗੇ ਜੀ। ਠੀਕ ਹੈ, ਠੀਕ ਹੈ ਜੀ, ਕੋਈ ਵੀ ਦਿੱਕਤ ਨਹੀਂ ਹੈ। ਇੱਕ ਜਿੰਨੀ ਵੀ ਰੇਟ ਪ੍ਰਾਈਸ ਵੀਡੀਓ ਦੇ ਵਿੱਚ ਬੋਲੇ ਨਾ, ਚਲੋ ਇਹਦਾ ਕਸਟਮਰ ਹੋਏਗਾ, ਮਾਨਤਾਨ ਮੌਕੇ 'ਤੇ, ਮੌਕੇ 'ਤੇ ਮਾਨਤਾਨ ਪੂਰਾ ਕਰੋਗੇ? ਹਾਂਜੀ ਪੂਰਾ ਕਰਾਂਗੇ ਜੀ। ਆਪਣੇ ਚੈਨਲ ਦਾ ਨਾਮ ਲੈ ਕੇ ਆਊਗਾ ਉਹਦਾ? ਹਾਂਜੀ, ਉਹਦਾ ਵੀ ਪੂਰਾ ਹੋਊਗਾ ਜੀ, ਉਹਦਾ ਵੀ ਪੂਰਾ, ਉਹਦਾ ਅਲੱਗ ਤੋਂ ਵੀ ਕਰ ਦਾਂਗੇ ਕੋਈ ਚੱਕਰ ਨਹੀਂ। ਆਪਣੇ ਕੋਲ ਹੋਰ ਸਹੂਲਤ ਕੋਈ ਲੋਨ ਵਗੈਰਾ ਦੀ ਹੈਗੀ ਜੀ ਇੱਥੇ? ਲੋਨ ਦੀ ਵੀ ਹੈਗੀ ਜੀ ਫੈਸਿਲਿਟੀ, ਮਤਲਬ ਅਟ ਟਾਈਮ ਹੋ ਜਾਂਦੀ ਹੈ। ਹਾਂਜੀ ਹਾਂਜੀ। ਤੇ ਡਾਊਨ ਪੇਮੈਂਟ ਇੱਕ ਐਵਰੇਜ ਦੱਸ ਦਿਓ, ਕਿਉਂਕਿ 2010 ਤੋਂ ਦੇਖੋ ਉੱਪਰ ਲੋਨ ਹੁੰਦਾ ਵਧੀਆ ਲੈਵਲ ਦੇ, 2010 ਤੋਂ ਘੱਟ ਤੇ ਵੀ ਹੋ ਜਾਂਦਾ ਹੈਗਾ। ਹਾਂਜੀ ਹਾਂਜੀ। ਵੀ ਐਂ ਦੱਸ ਦਿਓ ਵੀ ਆਪਾਂ ਜਿਵੇਂ ਕੋਈ 1,00,000 ਰੁਪਏ ਦੀ ਗੱਡੀ ਚਲਾ ਰਿਹਾ ਹੈਗਾ। ਹਾਂਜੀ। ਤੇ ਉਹ ਤੇ ਐਸਟੀਮੇਟ ਵੀ ਡਾਊਨ ਪੇਮੈਂਟ ਕਿੰਨੀ ਕਰਕੇ ਬਾਕੀ ਸਾਰਾ ਲੋਨ ਹੋਜੂ? ਡਾਊਮੈਂਟ ਹਾਫ ਹਾਫ ਤੇ ਹੋ ਜਾਂਦਾ ਜੀ, 50-50। 50-50 ਜੀ, ਜਿਹਦੀ ਪ੍ਰੋਫਾਈਲ ਵਧੀਆ ਹੋਊਗੀ ਉਹਦੀ। ਹਾਂਜੀ। ਤੇ ਉਹਦਾ ਇਦੋਂ ਵੀ ਥੋੜਾ ਮੋਟਾ ਕੱਟੋ ਜਾਂ ਉੱਪਰ ਹੋ ਸਕਦਾ ਜੀ, ਇੰਨਾ ਕੀ 30% 40% ਲੈ ਕੇ ਆਪਾਂ ਬਾਕੀ ਲੋਨ ਕਰਵਾ ਦਾਂਗੇ, ਕਰਵਾ ਦਾਂਗੇ। ਜੋ ਲੋਨ ਦੀ ਫੈਸਿਲਿਟੀ ਵੀ ਤੁਹਾਨੂੰ ਇਸ ਇੱਥੇ ਹੀ ਮਿਲ ਜਾਣੀ ਜੀ। ਦੁਬਾਰਾ ਫਿਰ ਦੱਸ ਦੇਣਾ, ਫੌਜੀ ਕਾਰ ਬਾਜ਼ਾਰ ਸ਼ਹਿਰ ਲੌਂਗੋਵਾਲ। ਗੱਡੀਆਂ ਕਿਵੇਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਯਾਰ ਸਬਸਕ੍ਰਾਈਬ ਜ਼ਰੂਰ ਕਰ ਲੈ, ਤੁਹਾਡਾ ਭਾਈ ਤੁਹਾਡੇ ਲਈ ਮਿਹਨਤ ਕਰਦਾ। ਬਾਕੀ ਕਿਵੇਂ ਲੱਗੀਆਂ ਗੱਡੀਆਂ ਵੀ ਜ਼ਰੂਰ ਦੱਸ ਦਿਓ, ਅਤੇ ਡਿਸਕਾਊਂਟ ਤੁਹਾਨੂੰ ਪ੍ਰੋਪਰ ਮਿਲੂਗਾ। ਇੱਥੇ ਆ ਕੇ ਗੱਡੀਆਂ ਬਹੁਤ ਸੋਹਣੀਆਂ ਸੀ ਦੇਖਣ ਦੇ ਵਿੱਚ, ਤੁਹਾਨੂੰ ਪਤਾ ਹੀ ਲੱਗ ਰਿਹਾ। ਅਤੇ ਬਾਕੀ ਜਿਹੜੀ 6 ਮਹੀਨੇ ਦੀ ਗਰੰਟੀ ਮਿਲ ਰਹੀ ਹੈ, ਉਹ ਚੀਜ਼ ਸਭ ਤੋਂ ਮੈਨੂੰ ਇੱਥੇ ਵਧੀਆ ਲੱਗੀ। ਸੋ ਧੰਨਵਾਦ, ਸ਼ੁਕਰੀਆ ਜੀ ਸਾਡੀ ਵੀਡੀਓ ਦੇਖਣ ਦੇ ਲਈ ਜੀ। ਅਗੇਨ ਐਂਡ ਅਗੇਨ ਆਪਾਂ ਆਉਂਦੇ ਰਹਾਂਗੇ ਜਦੋਂ ਆਪਣਾ ਟਾਈਮ। ਹਾਂਜੀ ਜ਼ਰੂਰ। ਸੋ ਥੈਂਕ ਯੂ ਜੀ। ਓਕੇ ਜੀ।